ਤੁਸੀਂ ਗਾਂ ਗਿਆ ਨੀ ਡਾਕਟਰ ਚੈੱਕ ਕਰਨ? ਆਹੋ ਆਏ ਤੇ ਕੀ ਆਖਿਆ? ਆਖਿਆ ਇਹ ਬੈਠੇ ਰਹੋ ਤੁਸੀਂ ਹੋਰ ਕੀ ਆਖਿਆ ਨੰਬਰ ਨੂੰ ਮਿਲ ਗਿਆ ਤੇ ਹੁਣ ਪ੍ਰਾਈਜ਼ ਲਈਏ ਜਾਣਾ ਘਰ ਵਰਲਡ ਕੱਪ ਲੈਣਾ ਨਹੀਂ ਆ ਫੜਨੀਆਂ ਤੇ ਘਰੇ ਚਲੀਆਂ ਨੇ ਕਿੱਲੇ ਲਾਈਏ ਦਿੱਤੇ ਡੰਗਰ ਬੰਨੀ ਡੇ ਇੱਥੇ ਲਾਈਦਾ ਸੀ ਬੈਠੇ ਨੇ ਹਾਂ ਵਿਚਾਰੇ ਤੇ ਤੁਸੀਂ ਕੀ ਲੱਗਦਾ ਇਹ ਵਾਲੇ ਮੇਲੇ ਹੋਰ ਹੋਣੇ ਚਾਹੀਦੇ? ਅਸੀਂ ਇਹੋ ਜਿਹਾ ਹੋ ਇਹਦਾ ਕਹਾਣਾ ਹੀ ਕਦੇ ਨਹੀਂ ਆ ਵੀ ਇਹਦੇ ਕੋਲ ਅਸੀਂ ਆਪਣੀ ਘਰ ਹੀ ਚੰਗੇ ਆ। अस्सलाम वालेकुम आदाब, आप देख रहे हैं स्टेट ऑब्जर्वर, मैं हूं आशिया खान। बात करेंगे आज हम यहां पर कठुआ में मौजूद थे जहां पर नगरी परोली में पशुधन मेले का आयोजन किया गया था, बट आप मेरे साथ जमीन पर बैठे हुए दो बुजुर्गों को देखेंगे। चलिए हम इनसे बातचीत करते हैं, आखिर क्यों नाराज है सरकार से, हम इन्हीं से बातचीत करते हैं। क्या नाम है आपका? अयानचंद। अयानचंद जी कितनी उम्र है? 80 साल। 80 साल कोले आए थे? नहीं ले। अच्छा ਕਿਹੜੀ ਗਾਂ ਲਿਆਂਦੀ ਤੋਹੇ? ਇਹ ਮੈਂ ਲਿਆਂਦੀ ਜੀ। ਅਜੇ ਤੋਹੇ ਲਿਆਂਦੀ ਤੇ ਸਵੇਰੇ ਕਿ ਕੋਲ ਲਿਆ ਇਹ? ਸਵੇਰੇ ਆਇਆ ਇਹ, ਸਵੇਰੇ ਕਿੰਨੇ ਵਜੇ? ਟਾਈਮ ਕਿੰਨਾ? ਟਾਈਮ ਕਿੰਨਾ? 9 ਵਜੇ। 9 ਵਜੇ ਤੇ 9 ਵਜੇ ਦੇ ਆਈਏ? ਕੀ ਕੁਛ ਕੀਤਾ ਇੱਥੇ? ਕੱਖ ਨਹੀਂ ਕੀਤਾ, ਜਿੱਥੇ ਬੈਠੇ ਰਹੀਆਂ ਬੈਠੇ। 9 ਵਜੇ ਦੇ ਇੱਥੇ ਬੈਠੇ? ਕੋਈ ਰੋਟੀ ਰਾਟੀ? ਇਹ ਜੁਨੇ ਮੇਲਾ ਕਰਾਇਆ ਹੁਣੇ ਪਾਣੀ ਪੁੱਛਿਆ? ਨਹੀਂ ਪੁੱਛਿਆ, ਕੋਈ ਨਹੀਂ ਪੁੱਛਿਆ ਪਾਣੀ, ਰੋਟੀ ਵੀ ਨਹੀਂ ਪੁੱਛੀ। ਕੀ ਆਖੀ ਇੱਥੇ ਲਿਆਂਦਾ ਹਾਂ ਤੋਹੇ? ਆਖਿਆ ਵੀ ਨਿਵੇਸ਼ ਕਰਨੀ ਹੈ। ਅੱਛਾ ਕਿੰਨੇ ਨਾਮ ਮਿਲੇ? ਨਾਮ ਕੋਈ ਨਹੀਂ ਮਿਲਿਆ। ਕੀ ਨਾਮ ਹੈ ਤੋਹੇ ਦਾ? ਅਜੀ ਮੇਰਾ ਦਾ ਜੋਰ ਆਏ। ਅੱਛਾ ਤੇ ਕੀ ਆਖਿਆ ਹੁਣੇ ਕੋਲੇ ਆਣਾ ਤੋਹੇ ਇੱਥੇ? ਉਹਨੇ ਆਖਿਆ 9 ਵਜੇ ਆਈ ਆਇਓ। ਤੇ ਤੋਹੇ 9 ਵਜੇ ਪੁੱਜੀ? 9 ਵਜੇ ਪੁੱਜੀ। ਕਿੱਥੋਂ ਆਇਓ? ਇੱਕ ਖਿਆਲ ਆਇਆ ਤੋ। ਅੱਛਾ ਕੀ ਆਏ? ਗਰਮੀ ਬੜੀ ਪਵਾਦੀ, ਪਾਣੀ ਨੀ ਪੀਣਾ? ਪੀਣਾ ਤੇ ਹੈ, ਪੀਣਾ ਤੇ ਹੈ। ਤੇ ਮੇਲੇ ਚ ਕੀ ਕੁਛ ਦੇਖਿਆ ਤੁਸੀਂ ਆਈਏ? ਦੇਖਿਆ ਡੰਗਰ ਡੁੰਗਰ ਦਿਖਾਣੇ ਹੋਰ ਕੀ ਦਿਖਾਣੇ। ਅੱਛਾ ਤੇ ਹੁਣ ਪ੍ਰਾਈਜ਼ ਲਈਏ ਜਾਣਾ ਘਰ ਵਰਲਡ ਕੱਪ ਲੈਣਾ? ਨਹੀਂ ਆ ਫੜਨੀਆਂ ਤੇ ਘਰੇ ਚਲੀਆਂ ਨੇ। चलिए साफ तौर पर आप देखेंगे यहाँ पर 85 साल के बुजुर्ग हमारे साथ अभी मौजूद थे, इन्होंने यही कहा कि ये खुद कितनी दूर आए तो हेतु? अच्छा ये ना है थोड़ा अली मोहम्मद जी। कितने बजे आए? सवेरे सवेरे 9 बजे आए थे। के कुछ सरकार ने थे इंतजाम किए तो 9 बजे थे? किले लाइए दिते डंगर बनी डे इथे लाई दा सी बैठे ने हम बेचारे, ना कोई पानी ना धानी ना सानू गई मिले। तो कियां पता चलया कि इथे पशुधन मेला होदा? इथे जाना डॉक्टर गए साडे घर घर जाई, उने घर घर डॉक्टर पर गए दे हे, उना आख्या तो? हां जी हां जी, साडे डंगर दा नंबर लाई आए ते सानू आख्या वी उथे गड्डियां करी आई जायो। अच्छा ते थोड़ा पूरा इंतजाम कीता जाए, अजे सानू कोई लब्भा नहीं। तो अपने पल्लू गड्डियां कराई आए? हां जी अपने पल्लू। ते सरकार ने के दिता जुने मेला? कुछ नहीं है, सानू कुछ नहीं मिलया। के आख्या हुण इथे के के थोड़ा नंबर लई गए लिखी गए ते अगले दिखदे वी जो कुछ ना मिलणगे ते ओ ਕੋਰਟ ਮੇ ਆਈਏ ਨੇ ਪੈਸੇ ਹੀ ਆਗਦੇ। ਅੱਛਾ ਹਾਂਜੀ ਤੇ ਹੁਣ ਕੇ ਸਵੇਰੇ ਦਾ ਕੋਈ ਪਾਣੀ ਪੂਣੀ ਕੋਈ? ਇਸ ਟਾਈਮ ਤਾਂ ਵੀ ਸਾਨੂੰ ਕੁਝ ਨਹੀਂ ਮਿਲਿਆ। ਕੁਝ ਨਹੀਂ ਦਿੱਤਾ? ਨਹੀਂ ਜੀ ਬਿਲਕੁਲ ਨਹੀਂ। ਰਾਤੀ ਰੋਟੀ ਖਾਦੀ ਦੀ ਅਸੀਂ ਇਸ ਵੇਲੇ ਤੇ ਕੁਝ ਜਿਹੜੀ ਰਾਤੀ ਰੋਟੀ ਖਾਦੀ ਉਹ ਘਰੋਂ ਖਾਈਏ ਇੱਥੇ ਖਾਦੀ? ਬਸ ਘਰੋਂ ਹੀ ਖਾਈ ਆਏ ਨੇ ਅਸੀਂ, ਕੁਝ ਨਹੀਂ ਸਾਨੂੰ ਮਿਲਿਆ ਜੀ ਕਿਸੇ ਨੇ ਦਿੱਤਾ। ਤੇ ਤੁਸੀਂ ਕੀ ਲੱਗਦਾ ਇਹ ਵਾਲੇ ਮੇਲੇ ਹੋਰ ਹੋਣੇ ਚਾਹੀਦੇ? ਅਸੀਂ ਇਹੋ ਜਿਹਾ ਹੋ ਇਹਦਾ ਕਹਾਣਾ ਹੀ ਕਦੇ ਨਹੀਂ ਹੈ ਵੀ ਇਹਦੇ ਕੋਲ ਅਸੀਂ ਆਪਣੀ ਘਰ ਹੀ ਚੰਗੇ ਆ। ਕੁਤੇ ਨਾ ਕੁਤੇ ਸਰਕਾਰ ਨੇ ਤੇ ਬੜੇ ਵੱਡੇ ਵੱਡੇ ਦਾਅਵੇ ਕੀਤੇ, ਤੋਹੇ ਕੀ ਲੱਗਦਾ ਸਰਕਾਰ ਅੱਛੇ ਦੇ ਨਾਲੇ ਦਾਅਵੇ ਪੂਰੇ ਕਰਾਈ ਹੈ? ਸਰਕਾਰ ਦੇ ਕਰਦੀ ਹੈ, ਜਿਹੜੇ ਅੱਗੇ ਮੁਲਾਜ਼ਮ ਨੇ ਨਹੀਂ ਸਾਡੀ ਜਾਣ ਕਰਦੀ, ਕੋਈ ਸਾਨੂੰ ਪੁੱਛਦੇ ਕੋਈ ਨਹੀਂ ਵੀ ਉਧਰ ਉਧਰ ਘੁੰਮੀ ਜਾਂਦੇ ਸਾਰੇ। ਤੇ ਸਰਕਾਰ ਕੀ ਕੀ ਮੈਸੇਜ ਦੇਣਾ ਜਾ ਕੇ ਅਗਲੇ ਦੇਖੀਏ ਜੀ, ਪਰ ਇਹੋ ਜਿਹੇ ਪ੍ਰੋਗਰਾਮ ਦੇ ਅਸੀਂ ਜਾਣਾ, ਸਾਡਾ ਡੰਗਰ ਇੱਥੇ ਮਰੀਏ ਫਾਕੇ ਸਾਰੇ ਨੇ, ਸਾਨੂੰ ਪਾਣੀ ਬਾਲਟੀ ਨਹੀਂ ਦਿੱਤੀ ਪਾਣੀ ਪਿਲਾਉਣ ਵਾਸਤੇ। ਤੇ ਇਹ ਕਿੱਥੋਂ ਆਦਾ ਇਹ ਜਿਹੜਾ ਚਾਰਾ ਖਾਦੀ? ਇਹ ਆਪਣੇ ਘਰੋਂ ਲੈਂਦਾ ਸੀ ਜਾਈ। ਤੇ ਇਹ ਆਪਣੇ ਘਰੋਂ ਲਿਆਂਦਾ ਤੋਹੇ? ਹਾਂਜੀ। चलिए साफ तौर पर यहाँ पे देखेंगे, अपने घर से लाया हुआ चारा ही इनकी यहाँ पर भैंस जो है वो खा रही है पानी पिलाने के लिए। जिधर इन्हें लिया था चारा, ये कोई सड़िया था, पता नहीं किधर मोस्कला था, डंगर सी गंदे ही नहीं। अच्छा तो ये डंगर है नहीं खा दे? ना तो ये अपने घर अगले आना। हाँ फिर जाइए, मैं अपने घरों लिया थोड़ा ज्यादा पाया था, वो भी उसी भी खा दे, डंगर ही डरी गए थे, बंदे दिखिए डंगर ही डरी गए, नाम मिल रहा सू इतना, वो दिखा सारा सुभाष चंद आए था सामने खड़ोते थे। चलिए साफ तौर पर यहाँ पर जब हम आए थे यहाँ पर अलग अलग जो है गायें और भैंसों की बात करें, अलग अलग ब्रीड की मौजूद है। चलिए हम इस स्टॉल पर भी आए, हम उनसे जानते हैं। सर क्या नाम है आपका? सुभाष चंद। सुभाष जी कौन सी नस्ल की आपकी? ये मोरा नस्ल की है। प्योर। कितने लीटर दूध देती है? लीटर नहीं ज्यादा, बच्चे हैं इनकी माँ 15 लीटर दूध देती है। ये तो बड़े बड़े लग रहे हैं बच्चे, कैसे लग रहे हैं दूध पिया? अच्छा हाँ जी जी। तो आप इस मेले में आए हैं, आपको क्या कुछ फायदे लग रहे हैं इस मेले के?
ਇਹਦੇ ਕੋਲ ਬਿਲਕੁਲ ਫਾਇਦੇ ਸਹੀ ਨਹੀਂ ਸਾਨੂੰ ਲੱਗਦਾ ਇੰਜੋਏ ਬਿਲਕੁਲ ਹੀ ਹੈ ਗੌਰਮੈਂਟ ਲਿਮਟਾਂ ਬਣਾਉਂਦੀ ਪਈ ਹੈ ਡੰਗਰਾਂ ਦੀਆਂ ਸਰ ਇੰਜੋਏ ਕੀ ਬਾਤ ਨਹੀਂ ਕਰਤੇ ਹੈ ਯਹਾਂ ਪਰ ਫੈਸਿਲਿਟੀਜ਼ ਕੀ ਬਾਤ ਕਰਤੇ ਔਰ ਅਵੇਅਰਨੈਸ ਕੀ ਬਾਤ ਕਰਤੇ ਅਬ ਤੱਕ ਆਪਕੋ ਕਿਆ ਕਿਆ ਅਵੇਅਰਨੈਸ ਕਰਵਾਈ ਗਈ ਹੈ ਕਿਆ ਕਿਆ ਆਪਕੋ ਬਤਾਇਆ ਗਿਆ ਹੈ ਕਿ ਕਿਆ ਕਿਆ ਫਾਇਦੇ ਹੈ ਇਨਕੇ ਜਿਸ ਤਰ੍ਹਾਂ ਸੇ ਵਹਾਂ ਪੇ ਦਵਾਈਆਂ ਮੌਜੂਦ ਅਭੀ ਤੱਕ ਤਾਂ ਵਹਾਂ ਪੇ ਪਹੁੰਚਾ ਨਹੀਂ ਹੈ ਇਧਰ ਕੋਈ ਅਭੀ ਤੱਕ ਯਹਾਂ ਆਪਕੇ ਪਾਸ ਕੋਈ ਨਹੀਂ ਨਹੀਂ ਆਇਆ ਸੁਬਹ ਸੇ ਖੜੇ ਹੈ ਇਧਰ ਬਸ ਸੁਬਹ ਕਿੰਨੇ ਵਜੇ ਸੇ ਖੜੇ ਹੈ ਬਸ 8 ਵਜੇ ਆਏ ਜੀ ਸਰ ਆਪਕਾ ਨਾਮ ਕਿਆ ਹੈ ਬੋਧਰਾਜ ਬੋਧਰਾਜ ਜੀ ਸੁਬਹ ਜਿਸ ਤਰ੍ਹਾਂ ਕਿੰਨੇ ਵਜੇ ਸੇ ਆਪ ਯਹਾਂ ਪੇ ਆਏ ਹਾਂ ਪਹਿਲੇ ਉਧਰ ਮੀਟਿੰਗ ਥੀ ਨਾ ਬਲਾਕ ਮੈਂ ਉਧਰ ਚਲਾ ਗਿਆ ਉਸਕੇ ਬਾਅਦ ਇਧਰ ਆਇਆ ਅਭੀ ਡੀ ਸਾਹਿਬ ਵੀ ਆਏ ਅੰਦਰ ਬੈਠੇ ਹੈ ਉਧਰੋਂ ਥੋੜੇ ਵਿਹਲੇ ਹੁੰਦੇ ਨੇ ਥੋੜੇ ਬਾਅਦ ਆਪ ਯਹਾਂ ਪੇ ਆਏ ਥੇ ਆਪਕੋ ਕੀ ਕੁਝ ਕਹਾ ਗਿਆ ਥਾ ਯਹਾਂ ਪਰ ਕੀ ਕੁਝ ਆਪਕੋ ਬਤਾਇਆ ਜਾਏਗਾ ਅਭੀ ਤੱਕ ਤਾਂ ਕੋਈ ਮਿਲੇ ਨਹੀਂ ਸਭੀ ਅੰਦਰ ਬੈਠੇ ਹੈ ਆਪਕੋ ਕੀ ਲੱਗਤਾ ਇਸ ਤਰ੍ਹਾਂ ਕੇ ਮੇਲੇ ਕਰਵਾਏ ਜਾਣੇ ਚਾਹੀਦੇ ਹਾਂ ਜ਼ਰੂਰ ਜ਼ਰੂਰ ਫੈਸਿਲਿਟੀਜ਼ ਕੀ ਬਾਤ ਕਰਤੇ ਹੈ ਯਹਾਂ ਪਰ ਪਾਣੀ ਕੀ ਕੀ ਕੁਝ ਫੈਸਿਲਿਟੀ ਹੈ ਪਾਣੀ ਤਾਂ ਹੈ ਪਾਣੀ ਤਾਂ ਉਧਰ ਹੈ ਜੀ ਜੋ ਆਪਕੇ ਪਸ਼ੂ ਇਹ ਚਾਰਾ ਖਾ ਰਹੇ ਹੈ ਯਾ ਆਪ ਕਹਾਂ ਸੇ ਲਾਏ ਹੈ ਇਹ ਘਰ ਹੀ ਜਾ ਨਹੀਂ ਚਾਰਾ ਤਾਂ ਉਧਰ ਲਾਏ ਆ ਉਹ ਹਮਾਰੇ ਖਾ ਨਹੀਂ ਰਹੇ ਇਧਰ ਇਹ ਕਿਉਂ ਨਹੀਂ ਖਾ ਰਹੇ ਚਾਰਾ ਤਾਂ ਇੱਕ ਹੀ ਜੈਸਾ ਹੋਗਾ ਨਾ ਚਾਹੇ ਇਨਕਾ ਚਾਹੇ ਆਪਕਾ ਇਹ ਘਰ ਜਾ ਕੇ ਖਾਏਗੇ ਨਾ ਆਪਣੀ ਥਾਲੀ ਮੈਂ ਖਾਏਗੇ ਦੂਸਰੀ ਕੀ ਥਾਲੀ ਮੈਂ ਖਾਣਾ ਨਹੀਂ ਖਾਏਗਾ ਆਪਕੋ ਕੀ ਲੱਗਤਾ ਹੈ ਇਸੇ ਮੇਲੇ ਹੋਣੇ ਚਾਹੀਏ ਹਾਂ ਠੀਕ ਹੈ ਹੋਣੇ ਚਾਹੀਏ चलिए साफ तौर पर आप हम यहाँ पर मौजूद थे यहाँ पर पशुधन मेला करवाया जा रहा था एनिमल हस्बेंड्री की तरफ से अलग अलग जगहों से लोग यहाँ पर अपने अपने पशुओं को लेकर पहुँचे थे और कहीं ना कहीं यहाँ पर पहुँचने का उनका एक ही मकसद था जिस तरह से हम आपको पहले भी बता रहे हैं अभी हम कठुआ में मौजूद हैं कठुआ में यहाँ पर जो एनिमल हस्बेंड्री है वहाँ की तरफ से यहाँ पर आज पशुधन मेला लगवाया गया ये जब सुबह 9 बजे से यहाँ पर बैठे हैं और अगर फैसिलिटीज़ की बात करें ना तो यहाँ पर किसी को पानी फराहम किया गया है और ना ही कोई यहाँ पर फैसिलिटी है ज़मीन पर बैठे हैं आप साफ तौर पर देखेंगे हम भी इनके साथ यहाँ पर ज़मीन पर ही बैठे हैं आखिर सरकार इतना बड़ा मेला करवा रही है बुज़ुर्ग हैं ऊपर से सूर्य देवता भी अपना प्रकोप बसा रहे हैं तो पानी की सहूलियत तो यहाँ पर होनी चाहिए थी ऐसी कोई भी सहूलियत यहाँ पर नहीं है तो और भी ऐसी अपडेट्स के लिए जुड़े रही है स्टेट ऑब्जर्वर के साथ।